ਉਹਨੂੰ ਕਮਾਈ ਦਾ ਸਾਧਨ ਜਾਂ ਫਿਰ ਆਪਾਂ ਕਹਿ ਦਈਏ ਵੀ ਉਹਦੀ ਮੇਰੇ ਵੀਰੋ ਕੋਈ ਜੌਬ ਜਾਂ ਫਿਰ ਉਹਦੀ ਕੋਈ ਤਨਖਾਹ ਜ਼ਰੂਰ ਲੱਗਣੀ ਚਾਹੀਦੀ ਹੈ। ਪ੍ਰਦੀਪ ਜਿੰਨੇ ਜੱਫੇ ਲਾਊਗਾ ਜਸ਼ਨ ਵੀਰ ਵੱਲੋਂ ਹਰ ਇੱਕ ਜੱਫੇ ਦਾ 1100 ਹੋਵੇਗਾ, 1100। ਆ ਮੈਚ ਕਰਵਾ ਲਈਏ ਫਿਰ ਆਪਾਂ ਫਿਰ ਅਗਲੇ ਥੋੜੇ ਮੈਚ ਤੋਂ ਬਾਅਦ ਸਨਮਾਨ ਕਰ ਦਾਂਗੇ। ਦੋ ਮਿੰਟ ਹੀ ਰੋਕਣਾ, ਦੋ ਮਿੰਟ ਪਲੀਜ਼, ਦੋ ਮਿੰਟ ਹੀ ਰੋਕ ਲਓ ਮੇਰਾ ਭਰਾ। ਅਰਪਿੰਦਰ ਪ੍ਰਬੰਧਕ ਕਮੇਟੀ ਵੱਲੋਂ ਫੈਸਲਾ ਆਇਆ ਜੀ ਵੀ ਕਿਸੇ ਦਾ ਪੁਆਇੰਟ ਜਿਹੜਾ ਹੋਲਡ ਨਹੀਂ ਕੀਤਾ ਜਾਊਗਾ। 8 ਫਰਵਰੀ ਨੂੰ ਘੁੱਦੇ ਦੇ ਵਿੱਚ ਰੌਣਕਾਂ ਲਾਵਾਂਗੇ। 8 ਫਰਵਰੀ ਸਾਡੇ ਆਪਣੇ ਘਰ ਦਾ ਕਬੱਡੀ ਕੱਪ ਹੈ ਮੇਰੇ ਵੀਰੋ। 8 ਫਰਵਰੀ ਨੂੰ ਉੱਥੇ ਵੀ ਆਪਾਂ 7 ਨੂੰ ਨੇਕੀ ਬੁੱਟਰ ਹੋਣਾ ਦੇ ਪਿੰਡ ਦੇ ਵਿੱਚ ਬੁੱਟਰੀ, ਔਰ 8 ਨੂੰ ਘੁੱਦੇ ਦੇ ਵਿੱਚ ਮੇਰੇ ਵੀਰੋ ਔਰ ਅੰਮ੍ਰਿਤਸਰੀਆ ਢੋਲਾ ਕਬੱਡੀ 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 ਕਬੱਡੀ। ਆ ਬੇਨਤੀ ਹੈ ਵੀਰੇ ਹੋਟਲ ਦੇ ਮੂਹਰੇ ਹੱਥ ਜੋੜੋ। ਉਹ ਜਫਾ ਕਿਵੇਂ ਲੱਗਿਆ ਦਰਸ਼ਕ ਵੀਰਿਓ? ਇਹ ਹੈ ਟਰਾਫੀ। ਰਪਿੰਦਰ ਇੱਕ ਮਿੰਟ ਰੋਕ ਲਾ ਵੀਰੇ, ਇੱਕ ਮਿੰਟ। ਪੂਰਾ ਨਾਮ ਦੱਸ ਯਾਰ। ਉਹ ਹੋਟਲ ਵਾਲੇ ਤੋਂ ਪਰੇ ਹਟ ਜਾਓ ਵੀਰੇ, ਰੌਲਾ ਪੈ ਜਾਊਗਾ, ਰੌਲਾ ਪੈ ਜਾਊ, ਹੋਟਲ ਵਾਲੇ ਤੋਂ ਪਰੇ ਹਟ ਜਾਓ। ਚਲੋ ਜੀ ਰਪਿੰਦਰ ਜਲਾਲ ਜੀ, ਪ੍ਰਦੀਪ ਜਿੰਨੇ ਜੱਫੇ ਲਾਵੇਗਾ ਬਿੰਦਰ ਸਾਡਾ ਵੀਰ ਹੈ ਕੈਨੇਡਾ, ਉਹਨਾਂ ਵੱਲੋਂ ਬੜੇ ਪਿਆਰ ਤੇ ਸਤਿਕਾਰ ਦਿੱਤੇ ਜਾਣਗੇ। ਇਹ ਕਲੱਬ ਯੂਕੇ ਪੀਰ ਥੋੜਾ ਦੀ ਕਮਨ ਵੱਲੋਂ ਕਲੱਬ ਹੈ, ਨਾਲ ਕਹਿੰਦੇ ਹਰਪ੍ਰੀਤ ਰਾਜ ਸਰ। ਵੱਡੀ ਖੇਡ ਕਲੱਬ ਜਿਹੜੀ ਖੇਡਦੀ ਅੱਜ ਤਖਤੂਪੁਰ ਦੇ ਮੇਲੇ ਤੇ। ਲਓ ਸਾਹਮਣੇ 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 ਕੌਣ? ਇਸੇ ਜ਼ਿਲ੍ਹੇ ਦਾ, ਇਹ ਇਸੇ ਪਿੰਡਾਂ ਦਾ। ਉਹ ਰਾਮਗੜੀਏ ਸੰਦੀਪ ਦਾ ਜੱਫਾ ਕਿਵੇਂ ਲੱਗਿਆ? ਸਵਾਦ ਆ ਗਿਆ ਮੇਰੇ ਵੀਰੋ, ਸਵਾਦ ਆ ਗਿਆ। ਆਓ ਸਾਹਮਣੇ ਇੱਕ ਪਾਸੇ ਕਹਿੰਦੇ ਮੁੰਡੇ ਦਾ ਮਾਨ ਸਨਮਾਨ ਅੱਜ ਮੋਟਰਸਾਈਕਲ ਦੇ ਨਾਲ ਹੋਣਾ। ਸੈਟੋ ਕਹਿੰਦੀ ਜਦੋਂ ਸਟਾਪ ਲਾਈਨ ਖੜੀ ਹੁੰਦੀ ਸੀ ਨਾ, ਚੀਤਾ ਬਲਜੀਤ ਮੱਖਣ ਤੇ ਫਿਰ ਗੱਲਾਂ ਵੱਖਰੀਆਂ। ਗੋਗੀ ਹੋਣਾ ਨੇ ਕਬੱਡੀ ਦੇ ਵਿੱਚ, ਸੀਤੇ ਹੋਣਾ ਨੇ, ਨੀਲੇ ਹੋਣਾ ਦਾ ਨਾਂ ਵੱਡਾ ਵੀ ਕਬੱਡੀ ਪਿੰਡ ਦੁਨੀਆ ਵਿਹਲੀ ਆ। ਆਓ ਚਾਰ ਜਾਫੀ ਪਿਆਰ ਵਰ ਤਿਆਰ ਨੇ। ਇੱਕ ਨੇ ਕਹਿੰਦੇ ਟਰਾਈ ਕੀਤੀ ਆ ਨੰਬਰ, ਦੀਪਕ ਨੇ ਹਿੱਸੇ ਜੁੜਦਾ ਹੋਇਆ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਦੇਖਦਾ ਜਮਾਨਾ ਅੱਜ ਖੜ ਖੜ ਕੇ ਕੌਣ ਖੁੱਚੂ ਗਿੰਡੇ, ਕੌਣ ਪਾਊਗਾ ਕਬੱਡੀ ਅੱਜ ਝੁੱਕ ਝੁੱਕ ਕੇ ਜਿਵੇਂ ਪੱਟਾਂ ਦੇ ਵਿੱਚ ਜੋਰ ਮਿੱਤਰੇ ਹੋਰੇ ਜਾਣਾ ਜਿੱਤ ਕੇ। ਲੈ ਉੱਧਰ ਮਿੰਦਰ ਢੋਲਾ ਕਹਿੰਦੇ ਅੰਮ੍ਰਿਤਸਰੀਆ ਕਬੱਡੀ ਪਾਉਣ ਦੇ ਲਈ ਭਰਿਆ ਹੋਇਆ, ਚਾਰ ਜਾਫੀ ਤਿਆਰ ਨੇ। ਤਖਤੂਪੁਰ ਦੀ ਧਰਤੀ ਆ, ਮੇਲਾ ਕਹਿੰਦੇ ਚੋਟੀ ਦਾ ਚੱਲਦਾ ਵੱਡਾ ਇਕੱਠ ਮੇਰੇ ਮਿੱਤਰੋ। ਉੱਪਰ ਕਹਿੰਦੇ ਹਰਿਆਣੇ ਵਾਲਾ ਸ਼ੀਲੂ 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 ਹਰਿਆਣੇ ਵਾਲਾ ਉਹ ਕਰਦਾ ਟਰਾਈ, ਭੰਗੜੇ 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 ਤਾੜੀ ਬੱਜੂ ਬੱਜੂ ਬੱਜੂ। ਭਾਈ ਸਾਹਿਬ ਪਿਆਰ ਸੇ ਪਿਆਰ ਸੇ ਪਿਆਰ ਸੇ ਇੱਕ ਬੇਨਤੀ ਹੈ ਵੀ ਇੱਥੋਂ ਆਪਾਂ ਗਰਾਊਂਡ ਕਲੀਅਰ ਕਰ ਦਈਏ, ਗਰਾਊਂਡ ਦਾ ਉਹ ਡਿਸਿਪਲਿਨ ਨਹੀਂ ਰਿਹਾ। ਮੈਚ ਰੋਕ ਲਓ ਯਾਰ, ਰੋਕੀਏ ਗਰਾਊਂਡ ਖਾਲੀ ਕਰੋ। ਇੱਕ ਪੈਰ ਦਾ ਰੌਲਾ ਪੈ ਗਿਆ ਨਾ, 2 ਘੰਟੇ ਇੱਥੇ ਬਰਬਾਦ ਹੋ ਜਾਣੇ, 2 ਘੰਟੇ ਸਾਈਡ ਤੇ ਉਦੋਂ ਵੀ ਬਣ ਕੇ। ਰਪਿੰਦਰ ਲਾਲ ਜੀ ਬਿਲਕੁਲ ਲੱਖੇ ਦੀ ਗੱਲ ਸਹੀ ਹੈ ਵੀ ਜੇ ਇੱਕ ਵਾਰੀ ਰੌਲਾ ਪੈ ਗਿਆ ਅਮਰੀਕ ਤੇ ਫਿਰ 2 ਘੰਟੇ ਚੱਲੀ ਜਾਣਾ ਰੇੜਕਾ, ਬਾਕੀ ਕੰਮ ਖਰਾਬ ਹੋ ਜਾਂਦਾ। ਕਬੱਡੀ ਦੀ ਗੱਲ ਕਰ ਲੈਣ ਦੋ ਕਿਰਪਾ ਕਰਕੇ, ਬਾਅਦ ਧੰਨਵਾਦ ਕਰ ਦਾਂਗੇ। ਮੈਂ ਤਾਂ ਪਹਿਲਾਂ ਵੀ ਧੰਨਵਾਦ ਹੀ ਕਰੀ ਜਾਂਦਾ, ਮੇਰੀ ਬੇਨਤੀ ਹੈ ਕਬੱਡੀ ਦੀ ਗੱਲ ਕਰ ਲੈਣ ਦੋ ਕਿਰਪਾ ਕਰਕੇ। ਲੈ ਉਹ ਕਹਿੰਦੇ ਫੌਜੀ ਦੇ ਚਰਚੇ ਨੇ ਮੇਰੇ ਮਿੱਤਰੋ, ਇੱਧਰ ਕਹਿੰਦੇ ਚਾਰ ਨੇ ਚਾਰ ਵਿਚਾਰੇ ਪਿਆਰ ਨੇ ਸ਼ੀਲੂ, ਉਹ ਦੁਨੀਆ 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 ਬੜਾ ਪਿਆਰ ਕਰਦੀ ਹੈ। ਇੱਧਰ ਕਹਿੰਦੇ ਫੌਜੀ ਨੇ ਮੇਲਾ ਬਣਾ ਪਰ ਪਿੰਬਰ ਲੈ ਗਿਆ ਮੇਰੇ ਵੀਰੋ, ਫੌਜੀ ਨੰਬਰ ਲੈ ਗਿਆ ਆਪਣੀ ਟੀਮ ਦੇ ਲਈ। ਮੇਰੀ ਬੇਨਤੀ ਹੈ ਵੀ ਜਿਹੜਾ ਮਹਿਮਦਵਾਲ ਤੇ ਦੀਪਗੜ੍ਹ ਦਾ ਮੈਚ ਹੋਇਆ ਸੀ ਉਹਦਾ ਫੈਸਲਾ ਜ਼ਰੂਰ ਕਰਕੇ ਜਾਇਓ, ਜੋ ਵੀ ਉਹਦਾ ਫੈਸਲਾ ਪਲੀਜ਼ ਉਹ ਜ਼ਰੂਰ ਦਿਓ ਜਲਦੀ ਦੇ ਨਾਲ ਹੀ। ਦੀਪਗੜ੍ਹ ਤੇ ਜਿਹੜਾ ਮਹਿਮਦਵਾਲ ਦਾ ਮੈਚ ਹੋਇਆ ਸੀ, ਮੈਂ ਉਸ ਮੈਚ ਮੈਚ ਚੋਟੀ ਦੇ ਮੈਚ ਕਰੜੇ ਆ, ਮੈਚ ਤਗੜੇ ਆ, ਨਜ਼ਾਰਾ ਲੈ ਲੈਣ ਦੋ ਲੋਕਾਂ ਨੂੰ। ਇੱਧਰ ਕਹਿੰਦੇ ਢੋਲੇ ਦੀ ਕਬੱਡੀ ਪੈ ਰਹੀ ਆ ਮੇਰੇ ਮਿੱਤਰੋ, ਸਾਰ ਦੀ ਧਰਤੀ ਦੀ ਉਹ ਸ਼ੀਲੂ ਸ਼ੀਲੂ ਸ਼ੀਲੂ। ਇਹ ਕਹਿੰਦੇ 2003 ਦਾ ਜਨਮਿਆ ਮੇਰੇ ਮਿੱਤਰੋ, ਉਹ ਜਿਹਨੇ ਬੱਲੇ ਬੱਲੇ ਕਰਾਤੀ ਅਗਲੀ ਕਬੱਡੀ ਭੀਮ ਦੀ ਪੈਂਦੀ ਆ ਰਪਿੰਦਰ। ਉਹ ਕੁਪਲੀ ਵਾਲਾ ਭੀਮ ਕਹਿੰਦੇ ਇਸ ਵੇਲੇ ਖੇਡ ਮੈਦਾਨ ਦੇ
ਵਿੱਚ ਮੇਰੇ ਵੀਰੋ ਕਬੱਡੀ ਪਾ ਰਿਹਾ ਦੁੱਬਲੀ ਵਾਲਾ ਭੀਮ ਹੈ ਬਾਬਾ ਅਵਤਾਰ ਸਿੰਘ ਘਰਿਆਲੇ ਵਾਲਿਆਂ ਦਾ ਸ਼ਾਗਿਰਦ ਹੈ ਆਓ ਸਾਹਮਣੇ ਕਬੱਡੀ ਖੇਡ ਮੈਦਾਨ ਦੇ ਵਿੱਚ ਸੁਹਾਣੇ ਵਾਲਾ ਸੁਹਾਣੇ ਵਾਲਾ ਸੁਹਾਣੇ ਵਾਲਾ ਪੰਮਾ ਕਹਿੰਦੇ ਹੈ ਪੰਮਾ ਸੁਹਾਣੇ ਵਾਲਾ ਕਰਦਾ ਕਮਾਲ ਮਿੱਤਰੋ ਬੱਲੇ 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 ਇੱਕ ਵਾਰੀ ਜ਼ੋਰਦਾਰ ਤਾੜੀਆਂ ਬਾਹੋ ਸੁਹਾਣੇ ਵਾਲਿਆ ਸਿਰਾ ਕਰਵਾ ਗਿਆ ਸੁਹਾਣੇ ਵਾਲਾ ਪੰਮਾ ਹੈ ਐਨ ਮੇਰੇ ਵੀਰੋ ਸਿਰੇ ਦਾ ਜਾਫੀ ਹੈ ਪਿੱਥੋਂ ਵਾਲੇ ਦਾ ਸਾਥੀ ਹੈ ਔਰ ਅਗਲੀ ਕਬੱਡੀ ਫੌਜੀ ਦੀ ਫੌਜੀ ਕਹਿੰਦੇ ਕਬੱਡੀ ਪਾ ਰਿਹਾ ਹੈ ਮੋਤੀ ਆਸਟ੍ਰੇਲੀਆ ਵੱਲੋਂ ਟੌਫੀ ਦੋ ਜੱਸੇ ਲੱਭਦੇ 5000 ਉਹ ਫੌਜੀ ਵੀ ਕਹਿੰਦੇ ਕਬੱਡੀ ਪਾ ਰਹੀ ਹੈ ਇੱਧਰ ਕਹਿੰਦੇ ਚਾਰ ਨੇ ਚਾਰੇ ਨੇ ਚਾਰੇ ਪਿਆਰ ਨੇ ਉਹ ਕੌਣ ਬੱਲੇ ਬੱਲੇ ਕਰਵਾਵੇਗਾ ਚੱਬ ਕੱਟ ਕੇ ਯਾਰਾਂ ਨੇ ਕੱਲ ਕੱਟ ਕੇ ਕੀਤੀ ਟੋਕੇ ਪਸੱਲੀ ਵਾਲੀ ਝੰਡਰੋ ਅੱਜ ਦੇਖੇ ਲੈ ਅੱਤ ਦਾ ਵੀ ਸਿਰਾ ਹੋ ਗਿਆ ਤੇ ਝੜਗੀ ਸਰੀਰਾਂ ਵਾਲੀ ਬੱਸੀਆਂ ਵਾਲਿਆ ਕੰਡ ਮਿੱਤਰੋ ਕੰਡ ਮਿੱਤਰੋ ਅਮਰੀਕ ਅੱਜ ਤੇ ਵਾਕਈ ਕੰਡ ਜਿਹੜੀ ਕੰਡ ਝੜਨ ਵਾਲੀ ਗੱਲ ਹੋ ਗਈ ਹੈ ਨੌਜਵਾਨ ਪਰ ਅੱਜ ਦਾ ਮੇਲਾ ਵੀ ਸਮੇਂ ਸਿਰ ਸਮਾਪਤ ਹੋ ਰਿਹਾ ਹੈ ਵਾਹਿਗੁਰੂ ਮਿਹਰ ਕਰੇ ਔਰ ਸਾਹਿਬ ਹੱਥ ਵਡਿਆਈਆਂ ਜਿਸ ਭਾਵੇਂ ਤਿਸਦੇ ਉਹ ਵਾਹਿਗੁਰੂ ਮਾਣ ਬਖਸ਼ਣ ਵਾਲਾ ਤਿੰਨਾਂ ਪਾਤਸ਼ਾਹੀਆਂ ਨੇ ਮਾਣ ਅਮਰੀਕ ਕਿੱਡੀ ਵੱਡੀ ਗੱਲ ਹੈ ਕਹਿੰਦੇ ਇਸ ਧਰਤੀ ਨੂੰ ਮਾਣ ਜਿਹੜਾ ਬਖਸ਼ਿਆ ਹੈ ਤਿੰਨਾਂ ਪਾਤਸ਼ਾਹੀਆਂ ਨੇ ਇਸ ਧਰਤੀ ਤੇ ਆ ਕੇ ਆਪਣੇ ਮੁਬਾਰਕ ਚਰਨ ਨੇ ਜਿਹੜੇ ਉਹ ਪਾਏ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨ ਪਏ ਹੋਏ ਨੇ ਆਓ ਸਾਹਮਣੇ ਸ਼ੀਲੂ ਤੇ ਢੋਲਾ ਢੋਲਾ ਦੇ ਸ਼ੀਲੂ ਆਓ ਕਹਿੰਦੇ ਸ਼ੀਲੂ ਨੇ ਬੱਲੇ ਬੱਲੇ ਕਰਵਾਈ ਹੈ ਇੱਧਰ ਕਹਿੰਦੇ ਦੀਪਕ ਕਾਸ਼ੀਪੁਰ ਵਾਧਾ ਹੋਇਆ ਉਧਰ ਕਹਿੰਦੇ ਚਾਰ ਨੇ ਚਾਰ ਨੇ ਚਾਰੇ ਪਿਆਰ ਨੇ ਉਹ ਪੱਟਾ ਦੇ ਕਹਿੰਦੇ ਥਾਪੀਆਂ ਵੱਜਦੀਆਂ ਉਹ ਵੱਡਾ ਮੇਲਾ ਚੱਲਦਾ ਉਹ ਬਰਾਬਰ ਦੀ ਭਾਜੀ ਮੋੜਦੀ ਉਹ ਕਹਿੰਦੇ ਦੀਪਕ ਫਤਲਿਆਂ ਉਹ ਮੁੰਡੇ ਨੇ ਮੇਲਾ ਬਣਾ ਪਾ ਨੰਬਰ ਜਾਫੀਆਂ ਦਾ ਰੁਪਿੰਦਰ ਫੌਜੀ ਆ ਗਿਆ ਆਹ ਗੁਰੀ ਨੇ ਕਹਿੰਦੇ ਕਮਾਲ ਕਰਤੀ ਮੇਰੇ ਵੀਰੋ ਗੁਰੀ ਨੇ ਕਮਾਲ ਕਰਤੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਜੱਫਾ ਲਾ ਕੇ ਮੈਚ ਬਰਾਬਰੀ ਤੇ ਚੱਲ ਰਿਹਾ ਸਿਰੇ ਦੀ ਟੱਕਰ ਸੈਂਟੋ ਕਿਹਦਾ ਵੱਡਾ ਨਾਮ ਹੈ ਲੈ ਵੀ ਨੌਜਵਾਨ ਆਹ ਸਾਹਮਣੇ ਕਹਿੰਦੇ ਚਾਰ ਜਾਫੀ ਨੇ ਇੱਕ ਪਾਸੇ ਕਾਲੂ ਹੈ ਨਾਲ ਰਵੀ ਹੁਣੀ ਖੜੇ ਨੇ ਹੁਣ ਕੌਣ ਇੱਕ ਪਾਸੇ ਕਹਿੰਦੇ ਸ਼ੀਲੂ ਮਾਹੂ ਅਕਬਰਪੁਰ ਪਿੰਡ ਹੈ ਰੋਹਤਕ ਦੇ ਲਾਗੇ ਇੱਕ ਪਾਸੇ ਲੱਖੂ ਕਰਦਾ ਕੋਸ਼ਿਸ਼ ਤੇ ਨੰਬਰ ਜਿਹੜਾ ਹੈ ਉਹ ਫੌਜੀ ਆਪਣੀ ਟੀਮ ਦੇ ਲਈ ਰਾਮਗੜੀਆ ਜੁੜ ਗਿਆ ਫੌਜੀ ਰਾਮਗੜੀਆ ਪਾਣੀ ਵਾਲੇ ਬਜ਼ੁਰਗਾਂ ਦਾ ਧੰਨਵਾਦ ਹੈ ਇੰਨੀ ਬਜ਼ੁਰਗ ਅਵਸਥਾ ਦੇ ਵਿੱਚ ਮੇਰੇ ਵੀਰੋ ਜਿਹੜੇ ਸੰਗਤ ਨੂੰ ਪਾਣੀ ਪਿਆਉਂਦੇ ਫਿਰਦੇ ਹੈ ਕਿ ਭਾਈ ਘਨੱਈਆ ਦੁਸ਼ਮਣ ਤਾਈ ਫਿਰੇ ਪਿਆਉਂਦਾ ਪਾਣੀ ਭਾਈ ਘਨੱਈਆ ਦੁਸ਼ਮਣ ਤਾਈ ਫਿਰੇ ਪਿਆਉਂਦਾ ਪਾਣੀ ਮੈਂ ਵੀ ਵੀਰੇ ਇੱਕ ਮਿੰਟ ਦੇ ਆਹ ਮੈਚ ਬੋਲ ਲੈਣ ਦੇ ਬਾਅਦ ਵਿੱਚ ਆਊਂਗਾ ਤੇਰੇ ਕੋਲ ਆਓ ਸਾਹਮਣੇ ਦੁੱਬਲੀ ਵਾਲਾ ਭੀਮ ਨੰਬਰ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਆਓ ਸਾਹਮਣੇ ਕਹਿੰਦੇ ਢੋਲੇ ਦੀ ਕਬੱਡੀ ਪਾ ਰਹੀ ਹੈ ਅੰਮ੍ਰਿਤਸਰ ਸਾਹਿਬ ਦੀ ਕਹਿੰਦੇ ਧਰਤੀ ਹੈ ਪਾਵਰ ਤੇ ਪਵਿੱਤਰ ਧਰਤੀ ਆ ਮੇਰੇ ਮਿੱਤਰੋ ਗੱਲਾਂ ਦੁਨੀਆਂ ਦੇ ਵਿੱਚ ਹੋਈਆਂ ਨੇ ਪਰ ਕਹਿੰਦੇ ਵੱਡਾ ਇਕੱਠ ਦਿਲ ਸਿੱਟਣ ਨੂੰ ਜਗਾ ਦੀ ਉਹ ਮੇਲਾ ਕਹਿੰਦੇ ਤਖਤ ਉੱਪਰ ਚੱਲਦਾ ਉਹ ਦੇਖਣਾ ਢੋਲੇ ਨੂੰ ਕਿਹਦਾ ਚੱਲਦਾ ਉਹ ਮੇਲਾ ਤਖਤ ਉੱਪਰ ਚੱਲਦਾ ਅੱਜ ਇੱਥੇ ਰੌਣਕਾਂ ਨੇ ਉਹ ਬੱਲੇ 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 ਕਬੱਡੀ 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 ਉਹ ਚੱਲਦਾ ਓ ਦੁਨੀਆ ਸਵਾਦ ਲੈ ਰਹੀ ਹੈ ਓ ਦੁਨੀਆ ਸਵਾਦ ਲੈ ਰਹੀ ਹੈ ਰੁਪਿੰਦਰ ਦੀਪਕ ਫੇਰ ਆ ਗਿਆ ਹਰਮਜੀਤ ਦੀਸ਼ਾ ਤੇ ਜਗਦੀਪ ਹੋਣਾ ਵੱਲੋਂ 1500 ਕੋਮਲ ਹੋਣਾ ਵੱਲੋਂ ਇੱਕ ਜੱਫੇ ਦਾ ਸ਼ੀਲੂ ਦਾ ਮੇਰੇ ਵੀਰੋ ਜਿਹੜਾ ਮਾਇਆ ਦੇ ਗੱਫੇ ਦਿੱਤੇ ਜਾਣਗੇ ਬਾਹੂ ਅਕਬਰਪੁਰ ਦਾ ਸ਼ੀਲੂ ਔਰ ਸਾਹਮਣੇ ਦੀਪਕ ਕਾਸ਼ੀਪੁਰੀਆ ਦੇਵੀ ਦਿਆਲ ਦੀ ਕੋਲ ਰਹਿੰਦਾ ਔਰ ਅਗਲੀ ਕਬੱਡੀ ਫੌਜੀ ਵੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਪੈ ਚੁੱਕੀ ਹੈ ਫੌਜੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਇਹ ਆ ਰਾਮਗੜੀਆ ਸ਼ੀਲੂ ਅੱਜ ਦੁਨੀਆ ਨਚਾਉਣੀਆਂ ਤੇ ਮੌਕਾ ਹੈ ਨੌਜਵਾਨਾਂ ਪਛਵਾੜੇ ਅੰਗੂ ਆਹ ਗੱਲਾਂ ਹੋਣਗੀਆਂ ਪਰ ਸਾਹਮਣੇ ਵੇਖਦਾ ਵੀ ਨੌਜਵਾਨ ਇਸ ਵੇਲੇ ਕਬੱਡੀ ਫੌਜੀ ਦੀ ਇਸੇ ਇਲਾਕੇ ਦਾ ਕਹਿੰਦੇ ਫੌਜੀ ਰੌਂਦੇ ਵਾਲਾ ਤਕੜਾ ਖੇਡਿਆ ਆਹ ਅੰਦਾਜ਼ ਕਹਿੰਦੇ ਪਿੱਥੋਂ ਵਾਲੇ ਸ਼ੀਰੇ ਦਾ ਸ਼ੀਲੂ ਇਹ ਸ਼ੀਲੂ ਨੀ ਰੁਪਿੰਦਰ ਰੋੜੀ ਕੁੱਟਣ ਵਾਲੀ ਮਸ਼ੀਨ ਇਹ ਰੋੜੀ ਕੁੱਟਣ ਵਾਲੀ ਮਸ਼ੀਨ ਹੈ ਮੇਰੇ ਮਿੱਤਰੋ ਸ਼ੀਲੂ ਕਿਵੇਂ ਲੱਗਿਆ ਇੱਕ ਵਾਰੀ ਹੋਰ ਇੱਕ ਵਾਰੀ ਹੋਰ ਕਿਆ ਉਹ ਦੁਨੀਆ ਖੁਸ਼ ਆ ਦੁਨੀਆ ਖੁਸ਼ ਆ ਦੀਪਕ ਭਜਾਤਾ ਮੇਰੇ ਮਿੱਤਰੋ ਜਿੱਤਣਾ ਕੀਨੇ ਆ ਪ੍ਰਧਾਨ ਸਾਹਿਬ ਪਤਾ ਕੋਈ ਨੀ ਪਰ ਮੇਲਾ ਚੋਟੀ ਦਾ ਚੋਟੀ ਦੇ ਮੇਲੇ ਤੇ ਮੈਚ ਫਸ ਗਿਆ ਉਹ ਜਿੱਤਣਾ ਕੀਨੇ ਲੋਕ ਮੱਜ ਲਾਉਂਦੇ ਆ ਉਹਦੇ ਕਹਿਣ ਗੂ ਕਹਿਣ ਗੂ ਲੋਈਆਂ ਘੁੰਮ ਗਈਆਂ ਕੁਲਦੀਪ ਜਰ
ਜਰਮਨ ਤੇ ਦਿਮਾਗ ਝੁਕੇ ਉਹਨਾਂ ਵੱਲੋਂ, ਕਰਮਜੀਤ ਉਹਨਾਂ ਵੱਲੋਂ, ਦੀਸ਼ੇ ਉਹਨਾਂ ਵੱਲੋਂ, ਇਹ ਹੁਣ ਮੇਰੇ ਹੁਣ ਨਹੀਂ ਦਿਮਾਗ ਚ ਰਹਿੰਦੇ ਨੇ ਨਾ ਭਰਾਵਾ, ਹੁਣ ਮਾਇਆ ਦੇ ਗੱਫੇ ਆਪ ਹੀ ਦੇ ਦੋ, ਇੱਕ ਜਣਾ ਦਿਆ ਕਰੋ, ਗਰਾਊਂਡ ਦੇ ਵਿੱਚ ਰਸ਼ ਬਹੁਤ ਹੈ, ਔਰ ਬੜੀ ਮਿਹਰਬਾਨੀ, ਬਹੁਤ ਮਿਹਰਬਾਨੀ। ਆ ਮੈਚ ਤੋਂ ਬਾਅਦ ਆਪਾਂ ਗਰਾਊਂਡ ਕਲੀਅਰ ਜ਼ਰੂਰ ਕਰਾਵਾਂਗੇ, ਕਿਉਂਕਿ ਜਿਹੜੇ ਬਾਹਰ ਬੈਠੇ ਆ ਉਹਨਾਂ ਨੂੰ ਸਵਾਦ ਨਹੀਂ ਆ ਰਿਹਾ। ਅਮਰੀਕ ਕਰੀ ਗੱਲ, ਪ੍ਰਦੀਪ ਦੇ ਜੱਫੇ ਦਾ 1100 ਰੁਪਇਆ, ਆਕਾਸ਼ ਤੇ ਬਿੰਦਰ ਵੱਲੋਂ 500 ਕੈਨੇਡਾ, ਬਿੰਦਰ ਕੈਨੇਡਾ 500, 1600 ਹੋਵੇਗਾ। ਅੱਗ ਨਿਕਲਣੀ ਹੈ, ਕਾਟ ਕਾਟ ਪੈਸਟਾਂ ਨੂੰ ਹੈ, ਲੱਖ ਤੋਂ ਉੱਤੇ ਪਹਿਲਾਂ ਪ੍ਰਾਈਜ਼ ਦਿੱਤਾ ਜਾਣਾ ਹੈ। ਉੱਧਰ ਜੱਸਾ ਯੂਐਸ ਗੁਰਵੇਰ ਸਰਪੰਚ, ਉਹ ਕਹਿੰਦੇ ਸੰਦੀਪ ਜੱਸਾ ਲਾਵੇ ਤੇ 1000 ਦਿੱਤਾ ਜਾਵੇਗਾ। ਉਹ ਫੌਜੀ ਕਬੱਡੀ ਪਾ ਰਿਹਾ ਮੇਰੇ ਮਿੱਤਰੋ, ਉਹ ਲੋਕੀ ਲੁਤਫ ਲੈ ਰਹੇ ਹੈ, ਦੁਨੀਆ ਨਜ਼ਾਰਾ ਲੈ ਰਹੀ ਹੈ, ਰੋੜੀ ਕੁੱਟਣ ਦੀ ਮਸ਼ੀਨ ਪੱਲੇ 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 ਭੰਗੜੇ ਪਾਤੇ ਖੋਸਿਆਂ ਵੇਖ ਲਾ ਤੇਰੇ ਰੋੜੀ ਕੁੱਟਣੇ, ਅੱਜ ਪਛਾਉਣੇ ਤੋਂ ਬਾਅਦ ਫੇਰ ਤਖਤ ਉਪਰੇ ਦੇ ਵਿੱਚ ਭੰਗੜੇ ਪਾਏਗਾ ਨਹੀਂ। ਉਹ ਆਵਾਜ਼ ਨਹੀਂ ਸੁਣੀ, ਉਹ ਇੱਕ ਵਾਰੀ ਹੋਰ ਆਓ, ਕਬੱਡੀ ਕਬੱਡੀ ਜਿੰਦਾਬਾਦ, ਜਿੰਦਾਬਾਦ ਰਪਿੰਦਰ ਸਿੰਘ ਜਿੰਦਾਬਾਦ, ਖੇਡ ਕਬੱਡੀ ਜਿੰਦਾਬਾਦ, ਖੇਡਾਂ ਨੂੰ ਕਰਵਾਉਣ ਵਾਲੇ ਜਿੰਦਾਬਾਦ। ਰਾਮਗੜ੍ਹ 10:30, ਸੈਦੋ ਕੇ 15, ਸੈਦੋ ਕੇ ਸੈਮੀ ਫਾਈਨਲ ਦੇ ਵਿੱਚ ਪੁੱਜ ਗਈ ਹੈ, ਸੈਦੋ ਕੇ ਸੈਮੀ ਫਾਈਨਲ ਦੇ ਵਿੱਚ। ਦੀਪਕ ਲਓ, ਸਿਰੇ ਦੇ ਮੈਚ ਖੇਡੇ ਗਏ ਨੇ ਤਖਤ ਉਪਰਾਲ ਸਾਹਿਬ ਦੀ ਧਰਤੀ ਦੇ ਵਿੱਚ। ਪਹਿਲਾਂ ਸ਼ੁਰੂਆਤ ਦੇ ਵਿੱਚ ਮੂਵ ਲੈ ਕੇ ਆਇਓ, ਪਲੀਜ਼ ਮੂਵ ਗਰਾਊਂਡ ਦੇ ਵਿੱਚ ਜ਼ਰੂਰ ਲੈ ਕੇ ਆਇਓ। ਸ਼ੁਰੂਆਤ ਦੇ ਵਿੱਚ ਥੋੜਾ ਜਿਹਾ ਚੱਕਰ ਪਿਆ ਸੀ ਵੀ ਟੀਮਾਂ ਦੀਆਂ ਜਾਂ ਉਧਰ, ਮੈਨੂੰ ਦੀਪਗੜ੍ਹ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾ ਰਿਹਾ ਹੈ। ਰਾਜਵਿੰਦਰ ਥੰਦ ਯੂਐਸਏ, ਲਵ ਔਲਖ ਯੂਐਸਏ,